ਦਾ ਟਾਈਮ ਹੈ ਅਤੇ ਹੈਲੋ ਫਰੈਂਡਸ, ਅੱਜ ਸਾਡਾ ਜੋ ਟੂਰ ਹੈ ਬਿਲਕੁਲ ਪੰਜਾਬ ਦੇ ਵਿੱਚ ਹੀ ਹੈ। ਬੜੀ ਹੀ ਇੱਕ ਵਧੀਆ ਜਗ੍ਹਾ ਹੈ, ਕਾਫੀ ਸਾਰੇ ਫਰੈਂਡਸ ਨੂੰ ਪਤਾ ਹੈ ਅਸੀਂ ਜਾ ਰਹੇ ਹਾਂ। ਅਸੀਂ ਮਿੰਨੀ ਗੋਆ ਐਟ ਪਠਾਨਕੋਟ। ਇਹ ਬੇਸਿਕਲੀ ਹੈਗਾ ਹੈ ਜੋ ਰਣਜੀਤ ਸਾਗਰ ਡੈਮ ਰੈਜ਼ਰਵੇਅਰ ਦੇ ਕਰੀਬ ਹੈ। ਬਹੁਤ ਹੀ ਵਧੀਆ ਸਾਈਟ ਹੈ, ਮੌਸਮ ਬਹੁਤ ਵਧੀਆ ਹੁੰਦਾ ਹੈ। ਸੋ ਇਸ ਲੋਕੇਸ਼ਨ 'ਤੇ ਪਹੁੰਚਣ ਲਈ ਤੁਸੀਂ ਤੁਹਾਨੂੰ ਐਪ ਦੇ ਰਸਤੇ ਹੀ ਰਸਤੇ 'ਤੇ ਜਾਂਦੇ ਪਏ ਹਾਂ। ਤੁਹਾਨੂੰ ਜਾਣਾ ਪਏਗਾ ਸ਼ਾਹਪੁਰ ਕੰਡੀ ਤੋਂ ਧਾਰ ਵੱਲ ਨੂੰ, ਇਹ ਰਸਤਾ ਹੈ। ਅਤੇ ਉਸ ਦੇ ਕਰੀਬ ਹੀ ਬਿਲਕੁਲ ਇੱਕ ਸਾਈਟ ਆਉਂਦੀ ਹੈ, ਅਤੇ ਤੁਸੀਂ ਮਾਣੋ ਸਫ਼ਰ ਦਾ ਆਰੰਭ ਅਤੇ ਕਰਦੇ ਹਾਂ ਤੁਹਾਨੂੰ ਅਪਡੇਟ। ਸੋ ਫਰੈਂਡਸ, ਤੁਸੀਂ ਵਿਊ ਚੈੱਕ ਕਰੋ। ਮੈਂ ਕਿਤੇ ਗੋਆ ਨਹੀਂ ਗਿਆ ਹੋਇਆ, ਮੈਂ ਕਿਤੇ ਮਹਾਰਾਸ਼ਟਰ 'ਚ ਨਹੀਂ, ਯੂਪੀ 'ਚ ਨਹੀਂ, ਮੈਂ ਹਾਂ ਪੰਜਾਬ ਦੇ ਵਿੱਚ ਸ਼ਾਹਪੁਰ ਕੰਡੀ ਦੇ ਲਾਗੇ। ਮਿੰਨੀ ਗੋਆ ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ। ਇਹ ਤੁਸੀਂ ਵਿਊ ਚੈੱਕ ਕਰੋ। 7:15 ਦਾ ਟਾਈਮ ਹੈ ਅਤੇ ਬਹੁਤ ਹੀ ਔਸਮ ਵੈਦਰ ਹੈ, ਬਹੁਤ ਹੀ ਸ਼ਾਨਦਾਰ ਵਿਊ ਤੁਹਾਨੂੰ ਮੈਂ ਦਿਖਾ ਸਕਦਾ। ਅਤੇ ਅੰਤ ਲੱਗਿਆ ਪਿਆ ਸਿਰਾ, ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁਪਰ ਨਜ਼ਾਰੇ।
ਅੱਜ ਵੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਮਿੰਨੀ ਗੋਆ ਐਟ ਪਠਾਨਕੋਟ। ਗੂਗਲ ਨੈਵੀਗੇਸ਼ਨ ਤੇ ਸਰਚ ਕਰਿਓ, ਬਿਲਕੁਲ ਹੀ ਸ਼ਾਹਪੁਰ ਕੰਡੀ ਤੋਂ ਧਾਰਾਂ ਨੂੰ ਜਾਂਦੇ ਰਸਤੇ 'ਚ ਇਹ ਸਾਈਟ ਆਉਂਦੀ ਹੈ ਅਤੇ ਬਹੁਤ ਹੀ ਵਧੀਆ ਨਜ਼ਾਰੇ ਨੇ। ਇਸ ਟਾਈਮ 7:30 ਨੇ ਸ਼ਾਮ ਦੇ ਅਤੇ ਜੋ ਮੌਸਮ ਹੈ ਉਹ ਬਹੁਤ ਹੀ ਵਧੀਆ ਅਤੇ ਕਲੀਅਰ ਹੈ। ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡੀ ਝੀਲ ਹੈ, ਮਗਰ ਬੋਟਿੰਗ ਵਗੈਰਾ ਵੀ ਹੈਗੀ ਹੈ ਅਤੇ ਜੋ ਮੌਸਮ ਹੈ ਬਹੁਤ ਹੀ ਵਧੀਆ ਹੈ ਅਤੇ ਬਹੁਤ ਹੀ ਆਨੰਦ ਲੈ ਰਹੇ ਹਾਂ। ਕਰਦੇ ਹਾਂ ਤੁਹਾਨੂੰ ਅਪਡੇਟ।